ਮਿੰਟੂ ਜੀ ਇਧਰ ਚੰਨੀ ਸਾਹਿਬ ਦਾ ਮਾਮਲਾ ਵੀ ਹਾਈ ਪ੍ਰੋਫਾਈਲ ਬਣਿਆ ਹੋਇਆ ਚੰਨੀ ਸਾਹਿਬ ਨੇ ਵੀ ਹੁਣ ਕਈਆਂ ਦੇ ਗੰਡੇ ਗਾਲ ਦਿੱਤੇ ਮਿੰਟੂ ਜੀ ਚੰਨੀ ਸਾਹਿਬ ਦਾ ਕੱਲ ਉਹਨਾਂ ਨੇ ਕੇਕ ਹੀ ਕਟਿਆ ਤੋਂ ਬਾਅਦ ਰੌਲਾ ਰੱਪਾ ਹੀ ਪੈ ਗਿਆ ਜੀ ਕਨੇ ਕੇ ਭਾਈ ਚੰਨੀ ਸਾਹਿਬ ਨੂੰ ਕਿਵੇਂ ਟਿਕਟ ਦੇ ਰਹੇ ਹੋ ਕਨੇ ਕੇ ਭਾਈ ਚੰਨੀ ਸਾਹਿਬ ਤਾਂ ਇਹ ਹੈ ਕਿ ਉਹਨਾਂ ਨੇ ਲਿਖ ਦਿੱਤਾ ਕਿ ਚੰਨੀ ਸਾਹਿਬ ਕਨੇ ਕੇ ਸਾਡਾ ਚੰਨੀ ਸਾਹਿਬ ਕਨੇ ਕੇ ਭਾਈ ਜਲੰਧਰ ਤੋਂ ਆ ਰਹੇ ਨੇ ਕਿ ਕਨੇ ਕੇ ਭਾਈ ਉਹਨਾਂ ਨੇ ਹੁਣ ਪਤਾ ਨਹੀਂ ਮੈਨੂੰ ਕਿ ਭਾਈ ਉਹ ਆਪਣਾ ਬਣਾਉਣਗੇ ਕਿ ਨਹੀਂ ਬਣਾਉਣਗੇ ਦੂਜੀ ਧਿਰ ਹੈ ਜੀ ਸਾਡਾ ਹੋ ਜਾ ਸਾਨੂੰ ਆਪਣਾ ਬਣਾ ਲੈ ਗੁੱਠਾ ਦਿਲ ਵਾਲੀ ਬਈ ਤੇਲ ਵਾਲਾ ਦੇਖੋ ਗੱਲ ਇਹ ਆ ਕੇਕ ਆਇਆ ਜੀ ਪਹਿਲਾਂ ਤੇ ਉਹ ਗਾਣੇ ਚ ਐ ਸੀ ਨਾ ਅੱਜ ਸੱਜਣਾ ਦੀ ਆਈ ਐ ਕਾਲ ਜਲੰਧਰ ਤੋਂ ਹੁਣ ਕਾਲ ਨਹੀਂ ਹੁਣ ਕੇਕ ਆ ਰਿਹਾ ਜਲੰਧਰ ਤੋਂ ਕੇਕ ਦੇ ਨਾਲ ਨਾਲ ਤਿੰਨ ਕਾਂਗਰਸੀ ਵੀ ਉੱਥੇ ਖਲੋਤੇ ਸਨ ਜਿਹੜੇ ਵੱਡੇ ਕਾਂਗਰਸੀ ਨੇਤਾ ਇਤਫਾਕਨ ਤਿੰਨੋ ਹੀ ਜੇ ਆਪਾਂ ਵੇਖੀਏ ਤੇ ਵਿਧਾਇਕ ਨੇ ਜੀ ਤੇ ਤਿੰਨਾਂ ਨੇ ਉੱਥੇ ਕਿਹਾ ਕਿ ਅਸੀਂ ਕੁਝ ਦੇਣ ਨਹੀਂ ਆਏ ਯਾਰ ਵਧਾਈਆਂ ਵਧੂਆਂ ਚੱਲਦੀਆਂ ਰਹਿੰਦੀਆਂ ਅਸੀਂ ਕੁਝ ਲੈਣ ਆਇਆ ਅੱਛਾ ਜੀ ਤੇ ਉਹਨਾਂ ਨੇ ਬਦਲੇ ਵਿੱਚ ਮਤਲਬ ਕਿ ਕੋਈ ਹੁੰਦੇ ਆ ਨਾ ਕੁਝ ਲੋਕ ਦਾਤਾ ਮੰਗਦੇ ਆ ਆ ਮਿਲ ਜਾਵੇ ਆ ਮਿਲ ਜਾਵੇ ਬਨਵਾ ਮਿਲ ਜਾਵੇ ਵੈਸੇ ਇਨਸਾਨ ਜਿਹੜਾ ਹੈ ਨਾ ਉਹ ਕਦੇ ਵੀ ਰੱਜਦਾ ਹੀ ਨਹੀਂ ਹੈ ਇੱਕੋ ਦੀ ਜ਼ਰੂਰਤ ਪੂਰੀ ਹੋਏਗੀ ਲੋੜ ਪੂਰੀ ਹੋਏਗੀ ਉਹਨੂੰ ਮਾਨਣ ਦੀ ਥਾਂ ਤੇ ਦੂਜੀ ਨੂੰ ਮੰਗਣ ਦੇ ਵਿੱਚ ਰੁੱਝ ਜਾਂਦਾ ਹੈ ਜੀ ਇਹ ਮਨੁੱਖੀ ਫਿਤਰਤ ਹੈ ਤੇ ਕੁਝ ਲੋਕ ਹੁੰਦੇ ਆ ਜਿਹੜੇ ਮਹਾਨ ਲੋਕ ਹੁੰਦੇ ਆ ਉਹ ਦਾਤਾ ਨਹੀਂ ਉਹ ਦਤਾਰ ਨੂੰ ਮੰਗ ਲੈਂਦੇ ਆ ਕਿ ਤੂੰ ਹੀ ਆ ਜਾ ਸੋ ਸੂਈ ਦੀ ਜ਼ਰੂਰਤ ਨਹੀਂ ਕਿ ਫੈਕਟਰੀ ਆ ਜਾਵੇ ਸਾਰੀ ਜੀ ਸਾਰਾ ਖੋਸ਼ੀ ਛੱਡੋ ਤਾਂ ਉਸੇ ਤਰ੍ਹਾਂ ਹੁਣ ਜਿੱ ਤਰ੍ਹਾਂ ਕਹਿ ਲਈਏ ਕਿ ਸਿਆਸਤ ਦੇ ਵਿੱਚ ਵੀ ਕੁਝ ਚੀਜ਼ਾਂ ਵਾਪਰ ਦੀਆਂ ਨੇ ਤਾਂ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਨੇ ਸੰਕੇਤਕ ਕਹਿ ਦਿੱਤਾ ਕਿ ਅਸੀਂ ਲੈਣ ਲੈਣ ਕੀ ਆ ਰਹੇ ਹੁਣ ਇਹ ਤੇ ਹੈ ਨਹੀਂਗਾ ਕਿ ਕੋਈ ਉਹ ਬਈ ਕਲਟੀਵੇਟਰ ਲੈਣ ਆਏ ਆ ਤਵੀਆਂ ਲੈਣ ਆਏ ਉਹਨਾਂ ਦੇ ਹੈ ਨਹੀਂ ਸੀ ਸੰਦ ਰਾਣਾ ਗੁਰਜੀਤ ਕੋਲ ਬਈ ਤਵੀਆਂ ਹੈ ਨਹੀਂ ਸੀ ਕਿਆਂ ਕਿਰਾਇਆ ਹੈ ਨਹੀਂ ਸੀਗਾ ਉਹ ਕਹਿੰਦੇ ਚਲੋ ਚੰਨੀ ਕੀ ਹਵੇਲੀ ਚੋਂ ਪਾ ਲਿਓਨੇ ਆ ਜੀ ਸੋਚ ਸਕਦੇ ਹੋ ਤੁਸੀਂ ਉਹ ਕੀ ਕਹਿ ਗਏ ਨੇ ਉਹ ਕਹਿ ਗਏ ਦਿੱਲੀ ਚੱਲੇ ਆ ਯਾਰ ਇਹਨੂੰ ਲੈ ਜਾਣਾ ਲੈ ਜਾਣਾ ਲੈ ਜਾएंगे ਲੈ ਜਾएंगे ਦਿਲ ਵਾਲੇ ਦੁਲਨੀਆਂ ਲੈ ਜਾएंगे ਜੀ ਇੱਥੇ ਦੁਲਨੀਆਂ ਨਹੀਂ ਇੱਥੇ ਤਾਂ ਕਹਿ ਲੋ ਕਿ ਉਹ ਸਿਆਸੀ ਲਾੜਾ ਬਣਾਉਣਾ ਚਾਹੁੰਦੇ ਆ ਕਿ ਆਹ ਭਾਈ ਦੁਆਬੇ ਦੇ ਵਿੱਚ ਭਾਈ ਤੁਹਾਨੂੰ ਅੱਗੇ ਲਾਵਾਂਗੇ ਸੋ ਮਤਲਬ ਕਿ ਹੁਣ ਜੋ ਕੇਕ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਉਹਦੇ ਵਿੱਚ ਤੇ ਸਾਫ ਹੈ ਨਾ ਚੌਧਰੀ ਫੈਮਿਲੀ ਹੈ ਜਿਹੜੀ ਉਹ ਇਸ ਗੱਲ ਤੋਂ ਖਫਾ ਹੈ ਚੌਧਰੀ ਵਿਕਰਮਜੀਤ ਸਿੰਘ ਹਾਂਜੀ ਹਾਂਜੀ ਇਹਨਾਂ ਨੇ ਯੂਥ ਕਾਂਗਰਸ ਦੇ ਵਿੱਚ ਵੀ ਕੰਮ ਕੀਤਾ ਫਿਰ ਵਿਧਾਇਕ ਬਣ ਗਿਆ ਟਿਕਟ ਕਾਂਗਰਸ ਨੇ ਇਸ ਫੈਮਿਲੀ ਨੂੰ ਦਿੱਤੀ ਸਤਿਕਾਰ ਕੀਤਾ ਉਹ ਪਛਾਣ ਦੇ ਵਿੱਚ ਬੀਬੀ ਜੀ ਹਾਰ ਗਏ ਸਨ ਹਾਂਜੀ ਬਾਈ ਬੋਜ ਜੀ ਤਾਂ ਫਿਰ ਦੂਸਰੀ ਵਾਰ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਰੌਲਾ ਪਾਉਣ ਦੀ ਲੋੜ ਸੀ ਆਹੀ ਚੀਜ਼ ਮੈਂ ਕਹਿ ਕੇ ਹਟਿਆ ਨਾ ਤੁਹਾਨੂੰ ਕਿ ਮਨੁੱਖੀ ਫਿਤਰਤ ਹੈ ਚਾਹੇ ਉਹ ਸਿਆਸੀ ਪ੍ਰਾਣੀ ਹੈ ਜਾਂ ਨਾ ਪੋਲਿਟੀਕਲ ਪ੍ਰਾਣੀ ਹੈ ਉਹਨੂੰ ਹੋਰ ਦੀ ਹੋਰ ਦੀ ਹੋਰ ਦੀ ਚਾਹਨਾ ਹਮੇਸ਼ਾ ਰਹਿੰਦੀ ਰਹਿੰਦੀ ਆ ਤਾਂ ਗੱਲ ਇਹ ਆ ਕਿ ਉਹ ਹੁਣ ਤਰਕੇ ਵੀ ਦੇ ਰਹੇ ਆ ਕਿ ਚੰਨੀ ਦੋ ਥਾਂ ਹਾਰਿਆ ਜੇ ਸਾਨੂੰ ਤੁਸੀਂ ਕਹਿੰਦੇ ਹੋ ਕਿ ਡਿਫੀਟ ਮਿਲੀ ਹੈ ਚੰਨੀ ਦੋ ਥਾਂ ਹਾਰ ਗਿਆ ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਤਾਂ ਫਿਰ ਮੈਨੂੰ ਲੱਗਦਾ ਕਿ ਤੁਸੀਂ ਸਾਰਾ ਕੁਝ ਆਪਣਾ ਖਰਾਬ ਕਰ ਰਹੇ ਹੋ ਮਹਾਲ ਬਣਾਉਣਾ ਚਾਹੀਦਾ ਜਿਹੜਾ ਵੀ ਜਿੱਤਨ ਦੀ ਸੰਭਾਵਨਾ ਰੱਖਦਾ ਹੈ ਚੰਨੀ ਹਾਰ ਗਿਆ ਮੇਰਾ ਮੰਨਣਾ ਇਹ ਹੈ ਕਿ ਚੰਨੀ ਉਸ ਤੂਫਾਨ ਦਾ ਸ਼ਿਕਾਰ ਹੋਏ ਜਿਸ ਤੂਫਾਨ ਨੇ ਨਾ ਬੋਰਡ ਛੱਡਿਆ ਨਾ ਪਿੱਪਲ ਛੱਡਿਆ ਤੇ ਨਾ ਛੋਟੀ ਮੋਟੀ ਟਾਲੀ ਛੱਡੀ ਜੀ ਟਾਲੀ ਕਿ ਕੋਈ ਕੁਝ ਨਹੀਂ ਹਾਂਜੀ ਇੱਥੇ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਆ ਉਹ ਇਸ ਤੂਫਾਨ ਦੀ ਪੈਣ ਚੜ ਗਏ ਪ੍ਰਕਾਸ਼ ਸਿੰਘ ਬਾਦਲ ਵਰਗੇ ਬੋਰਡ ਜਿਹੜੇ ਸੀਗੇ ਜੜੋਂ ਖੜ ਗਏ ਤਾਂ ਚੰਨੀ ਵੀ ਉਸੇ ਤੂਫਾਨ ਦਾ ਸ਼ਿਕਾਰ ਹੋਏ ਔਰ ਚੰਨੀ ਸਾਹਿਬ ਕੁਝ ਮਤਲਬ ਕਿ ਉਹਨਾਂ ਨੂੰ ਆਪਣੇ ਆਪ ਤੇ ਵੀ ਕੰਮ ਕਰਨ ਦੀ ਜ਼ਰੂਰਤ ਹੈ ਕੁਝ ਚੀਜ਼ਾਂ ਜਿਹੜੀਆਂ ਉਹ ਐਵੇਂ ਚਲੋ ਮੈਂ ਉਧਰ ਪੈਂਦਾ ਨਹੀਂ ਆ ਉਹ ਕੁਝ ਐਵੇਂ ਬੇ ਲੋੜੀਆਂ ਜੀਆਂ ਹੀ ਕਰੀ ਗਏ ਬਿਨਾ ਗੱਲ ਤੇ ਉਹਨਾਂ ਤੋਂ ਬਚਿਆ ਜਾ ਸਕਦਾ ਸੀ ਦੇਖੋ ਕਿ ਜ਼ਿੰਦਗੀ ਚ ਤੁਸੀਂ ਨਹੀਂ ਕੋਈ ਮੱਝ ਗਾਂ ਚ ਹੋਈ ਹੋਏ ਕਿ ਪੰਜਾਬ ਚ ਆਪਾਂ ਜਮੇ ਆ ਯਾਰ ਇਹ ਛੋਟੇ ਮੁੱਟੇ ਕੰਮ ਮੰਜਾ ਨਹੀਂ ਬੁਣੇ ਸਾਰੇ ਸਾਰੇ ਕਰਦੇ ਆਂ ਅਸੀਂ ਉਹਨਾਂ ਚੀਜ਼ਾਂ ਨੂੰ ਕਰਨ ਦੇ ਚੱਕਰ ਚ ਕੁਝ ਨਾ ਜਿੱਦਾਂ ਕਹਿ ਲਈਏ ਕਿ ਆਪਣਾ ਵਜਨ ਜਿਹੜਾ ਸੀ ਸਿਆਸੀ ਤੌਰ ਤੇ ਉਹ ਥੋੜਾ ਹੌਲਾ ਕਰ ਬੱਠੇ ਆਦਰਵਾਇਸ ਮੈਨੂੰ ਨਹੀਂ ਲੱਗਦਾ ਕਿ ਉਹ ਡਾ ਉਲਟ ਉਲਟ ਫਿਰਦਾ ਸ਼ਿਕਾਰ ਹੁੰਦੇ ਪਰ ਉਹ ਤੂਫਾਨ ਵੀ ਸੀ ਇੱਕ ਉਹ ਵੀ ਕਾਰਕ ਸਾਨੂੰ ਮੰਨਣੇ ਪੈਣੇ ਆ ਸੋ ਜਿਹੜੀ ਗੱਲ ਤੁਸੀਂ ਕਹੀ ਆ ਗੰਢੇ ਗੱਲਣ ਵਾਲੀ ਪਰ ਮੈਂ ਸਮਝਦਾ ਕਿ ਅਸਲ ਗੱਲ ਜਿਹੜੀ ਆ ਉਹ ਇਤੋਂ ਅੱਗੇ ਆ ਇਹ ਕੇਕ ਵਾਲੀ ਗੱਲ ਤਾਂ ਇਹ ਤਾਂ ਚੱਲਦਾ ਹੀ ਹੁੰਦਾ ਦੇਖੋ ਇੱਕ ਨੂੰ ਕੇਕ ਮਿਲ ਰਿਹਾ ਤਾਂ ਦੂਸਰਾ ਕਹਿੰਦਾ ਕਿ ਕੇਕ ਜਿਹੜਾ ਆਇਆ ਹੈ ਇਹ ਤੇ ਤੁਸੀਂ ਸਾਡੇ ਟੇਬਲ ਤੋਂ ਚੁੱਕ ਕੇ ਲੈ ਗਏ ਹੋ ਸਮਝਦੇ ਹੋ ਨਾ ਉਹ ਕਹਿੰਦੇ ਕਿ ਕੇਕ ਤੇ ਅਸੀਂ ਬਣਾਇਆ ਕੇਕ ਸਾਡੇ ਟੇਬਲ ਤੇ ਸਜਿਆ ਪਿਆ ਸੀਗਾ ਅਸੀਂ ਬਸ ਮਤਲਬ ਕਿ ਛੁਰੀ ਮਾਰ ਕੇ ਕਾਚੂ ਮਾਰ ਕੇ ਦੇਚ ਬਈ ਟੁਕੜਾ ਕੱਟਣਾ ਸਿੱਖਣਾ ਸੀਗਾ ਹੁਣ ਤੁਹਾਡੇ ਅੱਗੋਂ ਕੋਈ ਇਦਾਂ ਲੈ ਜਾਵੇ ਤੁਹਾਨੂੰ ਦੁੱਖ ਹੋਏਗਾ ਕੇਕ ਦਾ ਮਸਲਾ ਆਪਣੀ ਥਾਂ ਤੇ ਉਹ ਸਿਆਸੀ ਕੇਕ ਖਾਣ ਵਾਸਤੇ ਇਹ ਰਸਾ ਕੱਚੀ ਚੱਲਦੀ ਆ ਐਤੋਂ ਵੀ ਜਿਹੜੀ ਅਗਲੀ ਗੱਲ ਆ ਗੰਡੇ ਗੱਲਣ ਵਾਲੀ ਉਹ ਮੈਂ ਤੁਹਾਨੂੰ ਕਰ ਦੇਣਾ ਤਾਨੂੰ ਦੱਸ ਦੇਣਾ ਕਿ ਜਿਹੜਾ ਬਿੱਟੂ ਦਾ ਬਿਆਨ ਹੈ ਨਾ ਅਸਲੀ ਗੰਢੇ ਗੱਲਾਂ ਵਾਲੀ ਉਹ ਗੱਲ ਹੈ ਜੀ 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 ਆਪਾ ਉਹਦੇ ਲੈ ਬੱਸੀ ਵਾਏ ਨੇ ਵੀ ਚਲੋ ਕੇਕ ਦਾ ਕਲੇਸ਼ ਤੇ ਜਿੰਨਾ ਕਿ ਪੈਣਾ ਸੀ ਉਹ ਤਾਂ ਪੈ ਹੀ ਗਿਆ ਉਹ ਪਊਗਾ ਪਊਗਾ ਪਾਰਟੀਆਂ ਚ ਪੈਂਦਾ ਔਰ ਖਾਸ ਤੌਰ ਤੇ ਕਾਂਗਰਸ ਵਾਲੇ ਤੇ ਜਿਹੜੇ ਆ ਨਾ ਉਹ ਮੰਨ ਕੇ ਚੱਲਦੇ ਹੁੰਦੇ ਆ ਕਿ ਵੀ ਜਿਵੇਂ ਨਾ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਤੈਅ ਸੀਗਾ ਕਿ ਵਿਆਹ ਦੇ ਵਿੱਚ ਖੜਕਾ ਦੜਕਾ ਹੋ ਹੀ ਜਾਣਾ ਤੇ ਛਤਰ ਰੋਟੀ ਇੱਕ ਨਾ ਹੀ ਰੱਖਿਆ ਹੁੰਦਾ ਸੀ ਪਾਰਟੀ ਦਾ ਜੀ 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 ਤਾਂ ਕਹਿ ਲੋ ਕਿ ਕਾਂਗਰਸ ਦੇ ਵਿੱਚ ਵੀ ਜਦੋਂ ਇਸ ਤਰ੍ਹਾਂ ਦਾ ਕੋਈ ਮਜ਼ਮਾ ਲੱਗਦਾ ਹੈ ਇਹਨਾਂ ਦੇ ਵਿੱਚ ਵੀ ਸਿਆਸੀ ਛੇਤਰ ਰੋਟੀ ਦਾ ਪ੍ਰਬੰਧ ਹੋ ਜਾਂਦਾ ਹੈ ਉਹ ਚੱਲਦਾ ਹੀ ਰਹਿੰਦਾ ਹੈ ਜੀ 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 ਤਾਂ ਇਧਰਲੇ ਪਾਸੇ ਤੋਂ ਬਲਵਿੰਦਰ ਜੀ ਇਹ ਕਹਿੰਦੇ ਭਈ ਚੌਧਰੀ ਪਰਿਵਾਰ ਨੂੰ ਜੇ ਟਿਕਟ ਨਾ ਮਿਲੀ ਤਾਂ ਹੋ ਸਕਦਾ ਹੈ ਕਿਸੇ ਹੋਰ ਪਾਰਟੀ 'ਚ ਨਾ ਚਲੇ ਜਾਣ ਭਾਈ ਉਹ ਤਾਂ ਆਪਾਂ ਨਹੀਂ ਰੋਕ ਕੇ ਰੱਖ ਸਕਦੇ ਕਿਉਂਕਿ ਲੀਡਰਾਂ ਨੇ ਭਾਈ ਦੇਖਣਾ ਆਪਣਾ ਦੇਖਣਾ ਹੁੰਦਾ ਨੇ ਕਿ ਕਿਹੜੇ ਪਾਸੇ ਉਹਨਾਂ ਨੂੰ ਲੱਗਦਾ ਕਿ ਜਾਣਾ ਚਾਹੀਦਾ ਕਿਦਰ ਨਹੀਂ ਜਾਂਦਾ ਸਾਡਾ ਕੋਈ ਜੋਰ ਨਹੀਂ ਚੱਲਦਾ ਜੋ ਅਸੀਂ ਤੇ ਗਰੀਬਾਂ ਦੇ ਅਸੀਂ ਤੇ ਕਾਸਿਦਾ ਹੈਗੇ ਆ ਡਾਕੀਏ ਆ ਜਿਸ ਤਰ੍ਹਾਂ ਦੀ ਡਾਕ ਆ ਸਾਰੇ ਚਿੱਠੀ ਆ ਤਾਂ ਸਾਰੇ ਚਿੱਠੀ ਫੜਾ ਦੇਣੀ ਆ ਤੁਹਾਨੂੰ ਤੇ ਜੇ ਕੋਈ ਸੋਗਮਈ ਸੰਦੇਸ਼ ਆ ਤੇ ਉਹ ਸੁਣਾ ਦੇਣਾ ਤੁਹਾਨੂੰ ਤੇ ਅਸੀਂ ਤੇ ਡਾਕੀ ਆ ਡਾਕ ਵੰਡਣ ਵਾਲੇ ਜੀ ਡਾਕੀਆ ਡਾਕ ਲਾਇਆ ਰੇ ਡਾਕੀਆ ਜੀ 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 ਹੁਣ ਆ ਪਾਈਏ ਮਿੰਟੂ ਜੀ ਕੇ ਬਿੱਟੂ ਸਾਹਿਬ ਦੇ ਬਿਆਨ ਦੇ ਉੱਤੇ ਜੀ ਉਹ ਕੀ ਕਹਿੰਦੇ ਕਿ ਕਿ ਚੰਨ ਅਸਲੀ ਉਹ ਚੀਜ਼ ਆ ਵੱਡੀ ਜਿਹੜੀ ਗੱਲ ਰਵਨੀਤ ਬਿੱਟੂ ਇੱਕ ਤੇ ਇਹ ਆ ਕਿ ਰਵਨੀਤ ਬਿੱਟੂ ਇਸ ਵੇਲੇ ਖੁੱਲ ਚੁੱਕਾ ਪੂਰਾ ਜੀ ਉਹ ਖੁੱਲ ਗਿਆ ਤੇ ਭਾਜਪਾ ਦੇ ਵਿੱਚ ਜਿਹੜੇ ਬੰਦੇ ਜਾ ਕੇ ਇਸ ਤਰ੍ਹਾਂ ਖੁੱਲਦੇ ਨੇ ਮੈਂ ਤੁਹਾਨੂੰ ਕੀ ਗੱਲ ਕਹੀ ਸੀ ਇੱਕ ਦਿਨ ਯਾਦ ਹੁਣੀ ਤੁਹਾਨੂੰ ਸ਼ਾਇਦ ਤੁਸੀਂ ਭੁੱਲ ਜਾਓ ਕਿਉਂਕਿ ਇਹ ਗੱਲਾਂ ਮਾਮੂਲੀ ਇਨਸਾਨ ਦੀਆਂ ਕਈ ਵਾਰ ਮਿਸਰ ਜਾਂਦੀਆਂ ਆ ਮੈਂ ਕਿਹਾ ਸੀਗਾ ਕਿ ਭਾਜਪਾ ਦੇ ਵਿੱਚ ਜਿਹੜਾ ਇਸ ਤਰ੍ਹਾਂ ਨਵਾਂ ਨਵਾਂ ਆਉਂਦਾ ਹੈ ਨਾ ਜੀ ਉਹ ਮਤਲਬ ਕਿ ਫਿਰ ਕੁਝ ਜ਼ਿਆਦਾ ਹੀ ਉੱਚੀ ਉੱਚੀ ਰੌਲਾ ਪਾਉਂਦਾ ਹੈ ਹਾਂ ਇਹ ਗੱਲ ਕਹੀ ਸੀ ਜੀ ਅੱਛਾ ਇਹਦੀ ਇੱਕ ਰਲ ਦੀ ਮਿਲਦੀ ਮਿਸਾਲ ਦੇਣਾ ਤੁਹਾਨੂੰ ਜੀ ਪਾਕਿਸਤਾਨ ਦੇ ਵਿੱਚ ਚਲੋ ਆਪਾਂ ਖੇਡਾਂ ਨੂੰ ਧਰਮ ਦੇ ਤਰਾਜ਼ੂ 'ਚ ਨਾ ਤੋਲੀਏ ਤੇ ਬਿਹਤਰ ਹੋਏਗਾ ਪਰ ਇੱਕ ਮਿਸਾਲ ਸੀ ਮੈਂ ਇੱਕ ਪਲੇਅਰ ਨੂੰ ਬਹੁਤ ਲਾਈਕ ਕਰਦਾ ਹੁੰਦਾ ਸੀਗਾ ਉਹ ਈਸਾਈ ਸੀਗਾ ਬਹੁਤ ਹੀ ਤਗੜੀ ਟੈਕਨੀਕ ਸੀਗੀ ਉਸ ਖਿਡਾਰੀ ਦੀ ਉਸ ਖਿਡਾਰੀ ਦੀ ਜਦੋਂ ਕਪਤਾਨੀ ਦੀ ਵਾਰੀ ਆਈ ਤਾਂ ਉੱਥੇ ਰੌਲਾ ਪੈ ਗਿਆ ਕਿ ਇੱਕ ਈਸਾਈ ਨੂੰ ਟੀਮ ਦੀ ਵਗਡੋਰ ਕਿਉਂ ਦੇ ਰਹੇ ਆ ਅਖੀਰ ਉਸ ਨੂੰ ਕਨਵਰਟ ਹੋਣਾ ਪਿਆ ਸੀਗਾ ਤੇ ਕਮਾਲ ਦੀ ਗੱਲ ਇਹ ਆ ਕਿ ਦੂਜੇ ਖਿਡਾਰੀਆਂ ਦੇ ਮੁਕਾਬਲੇ ਜਾਂ ਆਮ ਉਹਨੇ ਦਾੜੀ ਵੱਡੀ ਰੱਖੀ ਸੀ ਤੁਸੀਂ ਨਾ ਸਮਝ ਗਏ ਹੋਵੋਗੇ ਜੀ ਚਲੋ ਮੈਂ ਉਹ ਆਪ ਦੇ ਚੋ ਮੇਰੀਆਂ ਯਾਦਾਂ ਮੈਂ ਉਹਦੇ ਚੋ ਇੱਕ ਗੱਲ ਕਰ ਰਿਹਾ ਮੈਂ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਜਾਂ ਹਿੰਮਤ ਵਿਸ਼ਵਾਸ਼ ਸ਼ਰਮਾ ਉਹ ਤੁਹਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਉਹ ਭ੍ਰਿਸ਼ਟਾਚਾਰੀ ਦੇ ਦੋਸ਼ਾਂ ਦਾ ਇੱਕ ਕਹ ਲਓ ਕਿ ਪੁਲੰਦਾ ਚੱਕੀ ਫਿਰਦਾ ਸੀ ਫਿਰ ਉਹ ਤੋਂ ਬਾਅਦ ਉਹ ਹੁਣ ਜਾ ਕੇ ਕਿਸ ਤਰ੍ਹਾਂ ਦੇ ਬਿਆਨ ਦੇ ਰਿਹਾ ਬਿਲਕੁਲ ਰੈਡੀਕਲ ਐ ਐਕਸਟਰੀਮ